ਬਿਆਨ ਸਿੰਘ ਕਤਲਕਾਂਡ ਚ ਸਜ਼ਾ ਭੁਗਤ ਰਹੇ ਗੁਰਮੀਤ ਸਿੰਘ ਲੰਬੇ ਸਮੇਂ ਬਾਅਦ ਜੇਲ੍ਹ ਤੋਂ ਬਾਹਰ ਆ ਰਹੇ ਨੇ। ਗੁਰਮੀਤ ਸਿੰਘ 27 ਸਾਲ ਤੋਂ ਵੱਧ ਸਮਾਂ ਜੇਲ੍ਹ ਦੇ ਵਿੱਚ ਬਿਤਾ ਚੁੱਕੇ ਨੇ ਔਰ ਅੱਜ ਬੁੜੈਲ ਜੇਲ੍ਹ ਚੰਡੀਗੜ੍ਹ ਤੋਂ ਰਿਹਾਈ ਹੋਈ ਹੈ। ਗੁਰਮੀਤ ਸਿੰਘ ਦੀ ਰੈਗੂਲਰ ਜ਼ਮਾਨਤ ਹੈ ਜਿਹੜੀ ਉਹ ਹੋ ਗਈ ਹੈ ਔਰ ਬਾਹਰ ਆਏ ਨੇ। ਬਾਹਰ ਉਹਨਾਂ ਦੇ ਸਵਾਗਤ ਦੇ ਲਈ ਵੱਖ ਵੱਖ ਜਥੇਬੰਦੀਆਂ, ਕੌਮੀ ਇਨਸਾਫ ਮੋਰਚਾ ਦੇ ਆਗੂ ਤੋਂ ਨਜ਼ਰ ਆ ਰਹੇ ਨੇ, ਮਾਤਾ ਗੁਰਮੀਤ ਸਿੰਘ ਹੋਰਾਂ ਦੇ ਮਾਤਾ ਜੀ ਨਜ਼ਰ ਆ ਰਹੇ ਨੇ, ਆਪਣੀ ਮਾਤਾ ਦੇ ਨਾਲ ਵੀ ਮੁਲਾਕਾਤ ਕਰ ਰਹੇ ਨੇ। ਕਿਉਂਕਿ ਜਿੱਥੇ ਗੁਰਮੀਤ ਸਿੰਘ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹੇ ਨੇ ਤਾਂ ਪਰਿਵਾਰ ਨੇ ਵੀ ਉਸ ਪੂਰੇ ਹਾਲਾਤ ਨੂੰ ਭੋਗਿਆ, ਸੰਤਾਪ ਹੰਢਾਇਆ। ਉਹਨਾਂ ਦੀ ਮਾਤਾ ਜੀ ਤਾਂ ਇਹ ਤਸਵੀਰਾਂ ਨੇ ਬੁੜੈਲ ਜੇਲ੍ਹ ਦੇ ਬਾਹਰ ਦੀਆਂ, ਜਿੱਥੇ ਗੁਰਮੀਤ ਸਿੰਘ ਬਾਹਰ ਆਏ ਨੇ ਉਹਨਾਂ ਦਾ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ, ਕਿਉਂਕਿ 27 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਔਰ 27 ਸਾਲ ਦੇ ਬਾਅਦ ਜੇਲ੍ਹ ਦੇ ਵਿੱਚੋਂ ਅੱਜ ਬਾਹਰ ਖੁੱਲੀ ਹਵਾ ਦੇ ਵਿੱਚ ਆਏ ਨੇ ਤੇ ਨਾਲ ਉਹਨਾਂ ਦੇ ਮਾਤਾ ਜੀ। ਇਹ ਤਸਵੀਰਾਂ ਬੁੜੈਲ ਜੇਲ੍ਹ ਦੇ ਬਾਹਰ ਦੀਆਂ ਤੁਸੀਂ ਦੇਖ ਰਹੇ ਹੋ ਔਰ ਗੁਰਮੀਤ ਸਿੰਘ ਹੋਣੀ ਹੁਣ ਕਿਉਂਕਿ ਰੈਗੂਲਰ ਬੇਲ ਹੈ ਜਿਹੜੀ ਜ਼ਮਾਨਤ ਉਹਨਾਂ ਦੀ ਹੋ ਗਈ ਹੈ ਤਾਂ ਹੁਣ ਬਾਹਰ ਰਹਿਣਗੇ। ਹਾਲਾਂਕਿ ਇਸ ਤੋਂ ਪਹਿਲਾਂ ਪੈਰੋਲ ਤੇ ਬਾਹਰ ਆਏ ਸੀ ਪਰ ਉਸ ਤੋਂ ਬਾਅਦ ਹਾਲਾਂਕਿ ਜ਼ਮਾਨਤ ਵੀ ਹੋਈ ਪਰ ਕਿਸੇ ਤਕਨੀਕੀ ਖਾਮੀ ਦੇ ਚੱਲਦਿਆਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਫਿਰ ਤੋਂ ਜੇਲ੍ਹ ਜਾਣਾ ਪਿਆ ਸੀ, ਫਿਰ ਕਰੀਬ 5-6 ਮਹੀਨੇ ਜੇਲ੍ਹ ਦੇ ਵਿੱਚ ਬਿਤਾਏ ਪਰ ਹੁਣ ਜ਼ਮਾਨਤ ਹੈ ਜਿਹੜੀ ਉਹਨਾਂ ਦੀ ਹੋਈ ਹੈ, ਰੈਗੂਲਰ ਜ਼ਮਾਨਤ ਜਿਹੜੀ ਉਹ ਗੁਰਮੀਤ ਸਿੰਘ ਹੋਰਾਂ ਦੀ ਹੋ ਗਈ ਹੈ ਔਰ ਬੁੜੈਲ ਜੇਲ੍ਹ ਤੋਂ ਬਾਹਰ ਆ ਗਏ ਨੇ ਗੁਰਮੀਤ ਸਿੰਘ ਹੋਣੀ ਔਰ ਇੱਥੇ ਮਿਲ ਰਹੇ ਨੇ ਆਪਣੇ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਸਾਥੀ ਉਹਨਾਂ ਨੂੰ ਮਿਲਣ ਦੇ ਲਈ ਆਏ ਨੇ। ਗੁਰਮੀਤ ਸਿੰਘ ਹੋਣੀ ਕਰ ਲੈਂਦੇ ਗੱਲ, ਗੁਰਮੀਤ ਸਿੰਘ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਤੁਸੀਂ ਪਹਿਲਾਂ ਵੀ ਇੱਕ ਵਾਰੀ ਬਾਹਰ ਆਏ ਸੀ ਪਰ ਹੁਣ ਰੈਗੂਲਰ ਜ਼ਮਾਨਤ ਜਿਹੜੀ ਉਹ ਤੁਹਾਨੂੰ ਮਿਲ ਗਈ? ਹਾਂਜੀ ਹਾਂ ਬਿਲਕੁਲ, ਬੜਾ ਸਤਿਗੁਰਾਂ ਦਾ ਧੰਨਵਾਦ ਆ, ਸਾਰੀ ਕੌਮ ਦਾ ਧੰਨਵਾਦ ਹੈ, ਕੌਮੀ ਇਨਸਾਫ ਮੋਰਚੇ ਵਾਲਿਆਂ ਦਾ ਧੰਨਵਾਦ, ਜਿਹੜੀ ਸੰਗਤ ਬੈਠੀ ਹੈ ਸਾਡੇ ਵਾਸਤੇ ਸੰਘਰਸ਼ ਕਰ ਰਹੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਬਾਕੀ ਸਿੰਘ ਹੈ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਉਹਨਾਂ ਨੂੰ ਵੀ ਛੇਤੀ ਹੀ ਉਹ ਰਿਹਾ ਕਰਨ, ਰਾਹਤ ਦੇਣ। ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਤੁਹਾਡੇ ਸਾਰਿਆਂ ਸਾਹਮਣੇ। ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ, ਜਦੋਂ ਜੇਲ੍ਹ ਤੋਂ ਬਾਹਰ ਆਏ ਹੋ, ਸਾਹਮਣੇ ਮਾਤਾ ਨੂੰ ਮਿਲੇ ਹੋ, ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ, ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ, ਕੀ ਕੁਝ ਮਨ ਦੇ ਵਿੱਚ ਆ ਰਿਹਾ? ਵਧੀਆ ਲੱਗਿਆ ਜੀ, ਇੰਨੇ ਸੰਗਤ ਸਾਡੇ ਨਾਲ ਹੈ, ਅਸੀਂ ਚੜ੍ਹਦੀ ਕਲਾ ਹਨ, ਸੰਗਤ ਦਾ ਸਹਿਯੋਗ ਹੈ, ਵਧੀਆ ਲੱਗਦਾ। ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ਹਿਨ 'ਚ ਇਹ ਵੀ ਰਹਿੰਦਾ ਸੀ, ਦਿਨ ਵੀ ਗਿਣੇ ਜਾਂਦੇ ਸੀ ਕਿ ਇੱਕ ਗਿਆ, ਦੋ ਗਏ, ਪਰ ਹੁਣ ਰੈਗੂਲਰ ਜ਼ਮਾਨਤ ਹੋਈ ਹੈ। ਹਾਂਜੀ ਹਾਂ, ਇਹ ਫਰਕ ਤਾਂ ਹੈਗਾ। ਜਦੋਂ ਪਿਛਲੀ ਵਾਰ ਇੱਕ ਤਕਨੀਕੀ ਖਾਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ, ਉਸ ਵੇਲੇ ਆਖਿਰ ਕੀ ਹੋਇਆ ਸੀ? ਕੁਛ ਨਹੀਂ ਜੀ, ਬਸ ਦਾਣੇ ਪਾਣੀ ਦੀਆਂ ਖੇਡਾਂ, ਜਦੋਂ ਅੰਦਰ ਹੁੰਦਾ ਅੰਦਰ ਖਾ ਲਈਏ, ਬਾਹਰ ਹੁੰਦਾ ਤਾਂ ਬਾਹਰ ਖਾ ਲਾਂਗੇ। ਬਾਕੀ ਧੰਨਵਾਦ ਆ ਸਾਰਿਆਂ ਦਾ, ਹੈ ਨਾ। ਤੁਹਾਡੇ ਕੇਸ ਦੇ, ਤੁਹਾਡੇ ਕੇਸ ਨਾਲ ਜੁੜੇ ਹੋਰ ਵੀ ਸਾਥੀ ਅੰਦਰ ਨੇ, ਕਿਹੜੇ ਕਿਹੜੇ ਇਸ ਵੇਲੇ ਅੰਦਰ ਨੇ, ਉਹਨਾਂ ਨਾਲ ਕੀ ਗੱਲਬਾਤ ਕਰਕੇ ਆਏ ਹੋ? ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਪਿਓਰਾ ਅੰਦਰ ਨੇ, ਉਹਨਾਂ ਸਾਰਿਆਂ ਨੇ ਵੀ ਸਾਰੀ ਸੰਗਤ ਨੂੰ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।